ਗੱਲ ਆਸਟ੍ਰੇਲੀਆ ਦੀ ਕਰਨ ਜਾ ਰਹੇ ਹਾਂ। ਬਹੁਤ ਸਾਰੇ ਸਟੂਡੈਂਟਸ ਲਗਾਤਾਰ ਜਿਹੜੇ ਸਾਡੇ ਨਾਲ ਇਹਨਾਂ ਵੀਡੀਓਜ਼ ਦੇ ਜ਼ਰੀਏ ਜੁੜਦੇ ਨੇ, ਸੋ ਆਸਟ੍ਰੇਲੀਆ ਨੂੰ ਲੈ ਕੇ ਇੱਕ ਇੱਕ ਪੁਆਇੰਟ ਕਲੀਅਰ ਹੋਣਾ ਵਾਕਈ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਦੋਂ ਵੀ ਆਪਾਂ ਆਸਟ੍ਰੇਲੀਆ ਦੀ ਡਾਕੂਮੈਂਟੇਸ਼ਨ ਦੀ ਗੱਲ ਕਰੀਏ, ਫਾਈਲਿੰਗ ਦੀ ਗੱਲ ਕਰੀਏ, ਕੰਮ ਢੇਰ ਸਾਰਾ ਹੁੰਦਾ ਹੈ ਅਤੇ ਇੱਥੇ ਹੀ ਲੋੜ ਹੁੰਦੀ ਹੈ ਇੱਕ ਚੰਗੇ ਮਾਹਿਰ ਕੰਸਲਟੈਂਟ ਦੀ, ਜਿਹੜੇ ਆਪਣੇ ਤਜ਼ੁਰਬੇ ਦੇ ਨਾਲ ਤੁਹਾਨੂੰ ਸਹੀ ਦਿਸ਼ਾ ਦਿਖਾਉਣ ਅਤੇ ਸਟੂਡੈਂਟ ਜੋ ਹੈ ਸਹੀ ਫਾਰਮੈਟ ਵਿੱਚ ਅੱਗੇ ਵਧਣ, ਸਹੀ ਆਪਸ਼ਨਸ ਤੁਹਾਨੂੰ ਜ਼ਰੂਰ ਪਤਾ ਹੋਣ। ਅਤੇ ਹੁਣ ਆਪਾਂ ਅੱਜ ਆਪਾਂ ਗੱਲ ਜ਼ਰੂਰ ਕਰਨੀ ਹੈ ਬੈਚਲਰਸ ਵਾਲਿਆਂ ਲਈ, ਮਾਸਟਰਸ ਵਾਲਿਆਂ ਲਈ, ਆਖਿਰ ਕਿਸ ਢੰਗ ਨਾਲ ਅੱਗੇ ਵਧਣਾ ਔਰ ਕਿਸ ਤਰ੍ਹਾਂ ਨਾਲ ਤੁਹਾਨੂੰ ਸਹੀ ਚੀਜ਼ਾਂ ਦੀ ਚੋਣ ਕਰਨੀ ਜ਼ਰੂਰੀ ਹੈ। ਕਮਿੰਗ ਇਨਟੇਕਸ ਦੀ ਆਪਾਂ ਗੱਲ ਕਰਾਂਗੇ, ਰਿਜ਼ਲਟਸ ਕਿਸ ਤਰ੍ਹਾਂ ਦੇ ਆ ਰਹੇ ਨੇ, ਕੀ ਟ੍ਰੈਂਡ ਚੱਲ ਰਿਹਾ, ਇਸ ਉੱਪਰ ਵੀ ਪੂਰੀ ਗੱਲ ਜ਼ਰੂਰ ਕਰਾਂਗੇ। ਸੋ ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਅਤੇ ਅੱਜ ਡਿਟੇਲ ਵਿੱਚ ਸਾਰੀ ਗੱਲਬਾਤ ਲਈ ਅਸੀਂ ਇਨਵਾਈਟ ਕੀਤਾ ਹੈ ਜੀ ਨੈਵੀਗੇਟਰਸ ਓਵਰਸੀਜ਼, ਸੋ ਵੀਜ਼ਾ ਐਕਸਪਰਟ ਮਿਸਿਜ਼ ਵੀਨਾ ਗੋਇਲ ਮੈਮ ਨੂੰ ਬਹੁਤ ਬਹੁਤ ਸਵਾਗਤ ਹੈ ਮੈਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ। ਸੋ ਮੈਮ ਜੋ ਹੈ ਹਰ ਵਾਰੀ ਟਾਈਮ ਕੱਢਦੇ ਨੇ ਖਾਸ ਤੌਰ 'ਤੇ ਤੁਹਾਡੇ ਲਈ, ਸਾਰੇ ਸਟੂਡੈਂਟਸ ਲਈ, ਕਿ ਤੁਹਾਨੂੰ ਆਪਣੇ ਤਕਰੀਬਨ 26-27 ਸਾਲਾਂ ਦੇ ਐਕਸਪੀਰੀਅੰਸ ਦਾ ਤਜ਼ੁਰਬੇ ਦੇ ਨਾਲ ਤੁਹਾਨੂੰ ਗਾਈਡ ਕਰਨ ਅਤੇ ਸਟੂਡੈਂਟਸ ਕਿਤੇ ਵੀ ਗਲਤੀ ਨਾ ਕਰਨ, ਕਿਉਂਕਿ ਹਮੇਸ਼ਾ ਗੱਲ ਜਦੋਂ ਆਸਟ੍ਰੇਲੀਆ ਦੀ ਆਉਂਦੀ ਹੈ ਤਾਂ ਬਹੁਤ ਹੀ ਧਿਆਨ ਦੇ ਨਾਲ ਹਰ ਇੱਕ ਕੰਮ ਕਰਨਾ ਹੁੰਦਾ। ਸੋ ਮੈਮ ਅੱਜ ਆਪਾਂ ਗੱਲ ਜਿਵੇਂ ਮੈਂ ਜ਼ਰੂਰ ਕਰਨਾ ਚਾਹੂੰਗੀ, ਜਦੋਂ ਆਪਾਂ ਬੈਚਲਰਸ ਵਾਲਿਆਂ ਦੀ ਗੱਲ ਕਰੀਏ, ਮਾਸਟਰਸ ਵਾਲਿਆਂ ਦੀ ਗੱਲ ਕਰ ਲਈਏ, ਕਿਹੜੀ ਕਿਹੜੀ ਸਿਲੈਕਸ਼ਨ ਅਤੇ ਦੋਵੇਂ ਅਲੱਗ ਅਲੱਗ ਆਪਾਂ ਬੈਚਲਰਸ ਮਾਸਟਰਸ ਦੀ ਗੱਲ ਕਰ ਰਹੇ ਹਾਂ, ਕਿਵੇਂ ਉਹਨਾਂ ਨੂੰ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਕੋਰਸ ਸਿਲੈਕਸ਼ਨ ਨੂੰ ਲੈ ਕੇ ਵੀ ਬੈਚਲਰਸ ਵਿੱਚ ਜਾਂ ਮਾਸਟਰਸ ਵਿੱਚ ਅਲੱਗ ਅਲੱਗ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ? ਦੇਖੋ ਹਰਜੋਤ, ਜੇ ਬੈਚਲਰ ਹੋਏ ਮਾਸਟਰਸ ਹੋਏ, ਠੀਕ ਹੈ, ਜਿਹੜਾ ਆਸਟ੍ਰੇਲੀਆ ਜਿਹੜਾ ਕੰਟਰੀ ਹੈ, ਇਹਨਾਂ ਨੂੰ ਬਹੁਤ ਸਾਫ਼ ਸੁਥਰਾ ਸਟੂਡੈਂਟ ਚਾਹੀਦਾ ਜੀ, ਠੀਕ ਹੈ, ਇਹ ਬੜਾ ਗੈਪ ਨਹੀਂ ਐਕਸੈਪਟ ਕਰਦੇ। ਬੈਚੁਲਰ ਵਾਸਤੇ 1 ਸਾਲ ਤੋਂ ਜ਼ਿਆਦਾ ਗੈਪ ਐਕਸੈਪਟ ਨਹੀਂ ਹੁੰਦਾ, ਕਿਉਂਕਿ ਜਿਹੜਾ GTE ਕਹਿੰਦੇ ਆ ਉਹ ਯੂਨੀਵਰਸਿਟੀਆਂ ਦੇ ਹੱਥ ਵਿੱਚ ਹੈ। ਦੈਟ ਮੀਨਸ ਅੰਬੈਸੀ ਨੇ ਆਪਣੀ ਰਿਸਪੋਂਸੀਬਿਲਟੀ 80% ਯੂਨੀਵਰਸਿਟੀ ਨੂੰ ਦੇ ਦਿੱਤੀ ਕਿ ਤੁਸੀਂ ਜਿਹੜੇ ਡਾਕੂਮੈਂਟ ਚੈੱਕ ਕਰਨੇ ਆ ਫਿਰ ਸਾਡੇ ਤੱਕ ਪਹੁੰਚਾਉਂਦੇ ਹਾਂ, ਮੀਨਸ ਤੁਹਾਡੀ ਤਰਫ ਤੋਂ ਬੱਚਾ ਕੋਈ ਗਲਤ ਨਹੀਂ ਆਉਣਾ ਚਾਹੀਦਾ। ਹੁਣ ਯੂਨੀਵਰਸਿਟੀ ਜਿਹੜਾ ਬਹੁਤ ਡਰਦੀ ਹੈ ਕਿ ਕੋਈ ਵੀ ਗਲਤ COE ਅਸੀਂ ਨਾ ਰਿਲੀਜ਼ ਕਰੀਏ, ਕਿਉਂਕਿ ਜੇ ਕੋਈ ਰਿਜੈਕਸ਼ਨ ਆਉਂਦਾ ਉਹ ਯੂਨੀਵਰਸਿਟੀ ਦੇ ਮੱਥੇ ਪੈਂਦਾ। ਇਸ ਕਰਕੇ ਯੂਨੀਵਰਸਿਟੀਆਂ ਨੇ ਬੜੇ ਸਟ੍ਰਿਕਟ ਗਾਈਡਲਾਈਨਸ ਔਰ ਬੜੀ ਸਟ੍ਰਿਕਟ ਜਿਹੜੀ ਹੈ ਐਂਟਰੀ ਰਿਕੁਆਇਰਮੈਂਟਸ ਰੱਖੀਆਂ ਹੋਈਆਂ। ਯੂਨੀਵਰਸਿਟੀਆਂ ਦੀ ਤਰਫ ਤੋਂ ਕੋਈ ਵੀ ਸਟੂਡੈਂਟ ਦੀ ਜਿਹੜੀ ਪਰਸੈਂਟੇਜ ਹੈ ਮੇਨ 4, ਦੁਬਾਰਾ ਸੁਣੋ, ਮੇਨ 4 ਸਬਜੈਕਟਸ, ਉਹਦੇ ਵਿੱਚ 60-65% ਹੋਣੀ ਚਾਹੀਦੀ ਹੈ। CBSE ਦੇ ਬੱਚੇ ਨੂੰ ਪ੍ਰੈਫਰ ਕਰਦੇ ਆ ਬੋਰਡਸ, ਜਿਹੜੇ ਸਟੇਟ ਬੋਰਡ ਦੇ ਮਤਲਬ ਇਲਾਵਾ, ਜੇ ਆਪਾਂ ਕਹੀਏ ਸਟੇਟ ਬੋਰਡ ਨੂੰ ਥੋੜ੍ਹਾ ਪਿੱਛੇ ਰੱਖਿਆ ਜਾਂਦਾ, CBSE ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ। ਇੱਦਾਂ ਹੀ ਪ੍ਰੈਫਰੈਂਸ ਹੋਏਗੀ ਮੈਡੀਕਲ ਨੋਨ ਮੈਡੀਕਲ ਦੇ ਬੱਚਿਆਂ ਨੂੰ, ਜਾਂ ਹਿਊਮੈਨਿਟੀਜ਼ ਦੇ ਵਿੱਚ ਸਬਜੈਕਟਸ ਅੱਛੇ ਹੋਣ, ਉਹਨਾਂ ਦੇ ਜਿਹੜੇ 4 ਸਬਜੈਕਟਸ ਅੱਛੇ ਹੋਣ, ਪਰਸੈਂਟੇਜ ਅੱਛੀ ਹੋਏ ਈਚ, ਜਿਹੜਾ ਮਿਨੀਮਮ ਇੰਨੀ ਪਰਸੈਂਟੇਜ ਹੋਏ, 1 ਈਅਰ ਦਾ ਤੋਂ ਜ਼ਿਆਦਾ ਗੈਪ ਨਾ ਹੋਏ, ਜੇ 1 ਈਅਰ ਤੋਂ ਜ਼ਿਆਦਾ ਗੈਪ ਹੈ ਉਹਨੂੰ ਨਹੀਂ ਲੈਂਦੇ। 1 ਈਅਰ ਦਾ ਗੈਪ ਦੀ ਵੀ ਜਸਟੀਫਿਕੇਸ਼ਨ ਮੰਗਦੇ ਆ, IELTS 6 band each, ਇਹ ਅੰਡਰ ਗ੍ਰੈਡ ਦੀ ਰਿਕੁਆਇਰਮੈਂਟ ਹੈ। ਫੰਡਿੰਗ ਪਾਰਟ ਆ ਜਾਂਦਾ, ਕਿਉਂਕਿ ਹੁਣ 1 ਅਕਤੂਬਰ ਤੋਂ ਜਿਹੜਾ ਲਿਵਿੰਗ ਐਕਸਪੈਂਸਿਸ ਜਿਹੜੇ ਥੋੜ੍ਹੇ ਵਧਾਤੇ ਆ, 24,505 ਇਹ ਕਰਤਾ, 24,505 ਇਹਨਾਂ ਨੇ ਕਰਤਾ, ਜਿਹੜਾ ਕਿ ਪਹਿਲੇ 21,045 ਸੀਗਾ। ਅਤੇ ਇਹ ਲਿਵਿੰਗ ਕਾਸਟ ਵੀ $2,500 ਵਧਾਤੀ ਆ। ਜਿਹੜੀ ਯੂਨੀਵਰਸਿਟੀਆਂ ਦੀ ਫੀਸ ਹੈ ਉਹ ਨੈਚੁਰਲ ਹੈ, ਬੱਚਾ ਕਿੰਨੀ ਸਕੋਲਰਸ਼ਿਪ ਲੈ ਰਿਹਾ, ਬੜਾ ਇੰਟੈਲੀਜੈਂਟ 80% ਵਾਲਾ ਹੈ, 90% ਵਾਲਾ, ਉਹਨਾਂ ਨੂੰ 50% ਵੀ ਸਕੋਲਰਸ਼ਿਪ ਮਿਲਦੀ ਹੈ, ਉਸ ਤੋਂ ਜ਼ਿਆਦਾ ਵੀ ਮਿਲਦੀ ਹੈ, ਡਿਪੈਂਡ ਕਰਦਾ। ਹੁਣ ਮਾਸਟਰਸ ਦਾ ਬੱਚਾ ਆ ਗਿਆ, ਮਾਸਟਰਸ ਦੇ ਵਾਸਤੇ 5 ਈਅਰ ਤੱਕ ਦਾ ਗੈਪ ਐਕਸੈਪਟ ਕਰਦੇ ਸੀ। ਗੈਪ ਮਤਲਬ ਇਹ ਨਹੀਂ ਹੈ ਕਿ ਉਹ ਕੁਛ ਨਹੀਂ ਕਰ ਰਿਹਾ, ਮੀਨਸ ਉਹ ਜੋਬ ਕਰ ਰਿਹਾ, ਸੈਲਰੀ ਅਕਾਊਂਟ ਦੇ ਵਿੱਚ ਆ ਰਹੀ ਹੈ ਉਹਦੀ, ਐਂਡ ਜਿਹੜਾ ਜੋਬ ਦੇ ਪ੍ਰੋਪਰ ਜੈਨਿਊਨ ਡਾਕੂਮੈਂਟਸ ਉਹਦੇ ਸਾਰੇ, ਵਰਕ ਐਕਸਪੀਰੀਅੰਸ ਹੈ, ਔਰ ਉਹਦੀ ਵੈਬਸਾਈਟ ਪ੍ਰੋਪਰ ਹੋਏ ਕੰਪਨੀ ਦੀ, ਉਹਦੇ ਜਿਹੜਾ ਈਮੇਲ ID ਡੋਮੇਨ ਦਾ ਹੋਏ, ਇਹ ਚੀਜ਼ਾਂ ਜਿਹੜਾ ਯੂਨੀਵਰਸਿਟੀ ਵਾਲੇ ਮੰਗਦੇ। ਕੁਛ ਯੂਨੀਵਰਸਿਟੀਆਂ ਨੇ 5 ਈਅਰ ਦੀ ਜਗ੍ਹਾ 3 ਈਅਰ ਕਰਤਾ, ਇਹ ਹਰ ਯੂਨੀਵਰਸਿਟੀ ਦਾ ਅਲੱਗ ਅਲੱਗ ਹੈ। ਹੁਣ ਅੰਡਰ ਗ੍ਰੈਡ ਅਤੇ ਗ੍ਰੈਡ ਦੇ ਵਿੱਚ ਕੁਛ ਯੂਨੀਵਰਸਿਟੀਆਂ ਨੇ ਕੀ ਹੈ, ਫੀਸ ਵੀ 1 ਈਅਰ ਦੀ ਲੈਣੀ ਸ਼ੁਰੂ ਕਰਤੀ ਹੈ, ਕੁਛ ਯੂਨੀਵਰਸਿਟੀਆਂ ਹਜੇ ਵੀ 6 ਮੰਥ ਦੀ ਲੈ ਰਹੀਆਂ, ਉਹ ਯੂਨੀਵਰਸਿਟੀ ਟੂ ਯੂਨੀਵਰਸਿਟੀ ਹੈ। ਕਿਉਂਕਿ ਪੰਜਾਬ, ਹਰਿਆਣਾ, ਕੁਛ ਪਾਰਟ ਜਿਹੜਾ ਰਾਜਸਥਾਨ ਦਾ, ਕੁਛ ਪਾਰਟ ਉੱਤਰਾਖੰਡ ਦਾ, ਉੱਤਰਾਂਚਲ ਦਾ, ਇਹ ਪਾਰਟਸ ਦੇ ਜਿਹੜਾ ਹਾਈ ਰਿਸਕ ਏਰੀਆ 'ਚ ਮੰਨਿਆ ਜਾਂਦਾ, ਉਹਨਾਂ ਜਿਹੜੇ ਸਟੂਡੈਂਟਸ ਨੂੰ ਜਿਹੜਾ ਥੋੜ੍ਹਾ ਡਿਲੇ ਹੁੰਦਾ। ਇਸ ਕਰਕੇ ਜੇ ਜੈਨੂਨ ਸਟੂਡੈਂਟਸ ਹੋਣਗੇ, ਡਾਕੂਮੈਂਟ ਵਧੀਆ ਹੋਣਗੇ,
तो उन्होंने जी है सिलेक्शन उन्होंने ऑफर लैटर जी टी कोई प्रॉब्लम नहीं होगी क्योंकि फाइनैंशियल रिक्वायरमेंट भी जी है वो इनकम जी स्ट्रोंग मनी जाती है पेरेंट्स की मिला के जो 15 लाख की दोनों की हो स्ट्रोंग मनी जाती है 10 to 11 लाख यूनिवर्सिटियाँ एक्सैप्ट कर दी हैं कि जो दोनों पेरेंट्स की 10 to 11 लाख है कोई वीक केस है लेकिन यह है कि बहुत स्ट्रोंग अपना जो डॉक्यूमेंट्स मनीए तो जो 15 लाख दी है तो बहुत अच्छा केस मनिया जाता है कुछ यूनिवर्सिटियाँ की रिक्वायरमेंट यही है कि पेरेंट्स की इनकम 15 लाख के नेड़े तेड़े जी जी ठीक है बिल्कुल सो मैनू पूरी उम्मीद है स्टूडेंट्स इन्हां सारी गल्लां नूं जरूर समझ एक एक गल जो तुसीं समझोगे तो तुहानूं खुद ही सारा प्रोसैस पूरा क्लीयरली समझ आएगा मैम इत्थे गल जिवें आपां हमेशा करदे हां तुसीं भी गाइड कर दिओ कि एक साल तो वध अगर गैप है तो स्टूडेंट्स नूं अगों की सोचना चाहिए इत्थे मैं सवाल यह करना चाह रही हूँ 22 पास आउट वालियां लई भी या फिर कई बार असीं कई केसिस देखते हैं मैम चाहे जिन्ना मर्जी तुसीं या तुहाडे वर्गे होर तजुर्बेकार कंसल्टेंट स्टूडेंट्स नूं गाइड करते रहते हैं कि ज़्यादा गैप वाले स्टूडेंट अपलाई ना करन फिर भी स्टूडेंट्स पता नहीं किस दी गल्लां मान के अगे वधदे ने कई 20 पास आउट स्टूडेंट भी अपलाई करी जांदे ने रिफ्यूजल्स फेस करनी पैंदी है उन्हां नूं उन्हां स्टूडेंट्स नूं तुसीं की सजेस्ट करना चाहुंदे हो आखिर क्यों फाइल लगांदे ने रिफ्यूजल भी लैंदे ने उन्हां लई राइट टाइम ते राइट डिसीजन की होना चाहिए हुण देखो मैं तुहानूं दस्सां कि 2021 दे पास आउट ते कोई भी कंसल्टेंट नहीं लेगा जी 22 पास आउट हजे जिहड़े नवंबर इनटेक वास्ते कुछ कॉलेजेस लै रहे उहदे विच अपलाई कर सकते हैं जैन वास्ते वो अपलाई नहीं कर सकते ये अंडर ग्रैड स्टूडेंट्स की आपां गल कर रहे हैं जैन दे बाद जैन दे विच उन्हां दा 2 ईयर्स का गैप मन्निया जाएगा वो कोई भी यूनिवर्सिटी कॉलेज नहीं देगा तो नवंबर इनटेक वास्ते खाली 22 पास आउट स्टूडेंट्स अपलाई कर सकते हैं जिहड़ा 21 पास आउट नूं कोई भी नहीं लै रहे 21 वाले वास्ते तो ठीक है जो ग्रैजुएशन शुरू करती सी उन्होंने तो 2 साल हो गए और 1 साल लगा के एक बैचुलर हो जाएगी तो बैचुलर के बाद वो मास्टर्स वास्ते अप्लाई कर सकते या जिन्हों का ज़्यादा गैप हो गया वो कंट्री चेंज करके मीनस जिदा असी सिंगापुर तो पाथवे दें या किसी होर कंट्री तो पाथवे दें उस पाथवे 1 साल उत्थे पढ़ के नैक्सट ईयर वो ऑस्ट्रेलिया जा सकते क्योंकि ये चेंज ऑफ सरकमस्टांसिस हो जाता है क्योंकि जब अंबैसी का भी एक बार रिजैक्शन हो गया तो सैकेंड टाइम वो चेंज ऑफ सरकमस्टांसिस वीज़ा देंगे जी बिल्कुल सो सही रस्ते तुरदे हुए भी तुसी ऑस्ट्रेलिया पहुँच सकते हो सो फेक डॉक्यूमेंट्स का बिल्कुल भी ना लगाओ तुसी असी हर वारी वीडियोज़ के जरिए तो नहीं सुनेहा दें कि फेक डॉक्यूमेंट्स लगाओगे तो सिर्फ रिफ्यूजल ही नहीं तुहाडी प्रोफाइल पर बैन भी लग सकता इन्हां चीज़ों तो तुसी अवेयर जरूर रहो तो मैम तुहाडा बहुत बहुत थैंक्स तुसी हर वारी बहुत ही खास पॉइंट्स जो है चुन के पॉइंट्स लैके आते हो स्टूडेंट्स नूं गाइड करते हो उन्हां सब दे उपर स्टूडेंट्स नूं जरूर कहना चाहूँगी तुहाडा अपना कोई सवाल है नवंबर इनटेक लई अपलाई करना है 22 पास आउट वाले लिए लास्ट चांस असी कह रहे हैं टाइमली कि तुसीं हले भी अप्लाई कर सकते हो कि नहीं की तुहाडी प्रोफाइल रेडी है कि नहीं इस दे लई तुहानू अपने डॉक्यूमेंट्स की असैसमेंट करवानी पएगी जरूर तुसीं नैविगेटर्स ओवरसीज़ के ऑफिस आओ अपने डॉक्यूमेंट्स लैके आओ असैसमेंट करवाओ राइट टाइम तो राइट डिसीजन लो राइट ऑप्शन के नाल जिहड़ा नंबर डिस्प्लेज उपर कॉल करके भी तुसीं होर जानकारी लै सकते हो अपने डाउट्स की कलैरिटी जरूर लै सकते हो कमेंट सैक्शन में भी तुसीं अपने सवाल साडे नाल जरूर सांझे कर सकते हो वीडियो चंगी लगी है तो इसनों लाइक एंड शेयर भी जरूर कर दिओ अगों भी असीं तुहाडे लई होर इनफॉर्मेटिव वीडियोज़ लैके आते रहेंगे अज्ज लई सानूं दिओ जी इजाजत थैंक यू सो मच थैंक यू सो मच